प्रधान जी 20 तरीक तो धरने चल रहे सरकार नाल गलबात हुई है, किन्नियां मंगां मन्नियां ते की अगला प्रोसीजर? देखो 6-7 मंगां सरकार ने कहता भी हाँ ये असीं करदे हां, कह देना ते लागू होण दा तां फिर करेंदे जी, असीं देखणा भी हफ्ते विच लागू करदे ने कि जां करदे। इस करके दोबारा 29 तरीक दी दोबारा फिर मीटिंग रखी, 29 जां 30 दी होणी आ मीटिंग दोबारे, जिहदे विच इह नरमे दा मामला जिहड़ा गुलाबी सिंह ने नुकसान कीता उहदा ते परिवारां दा जिहड़ा 5 एकड़ वाले ने 2 लाख रुपया माफ करन वाली गल्ल उह मन्नी है, मुआवजा देने की गल मनी है, नौकरी देने की गल है, तो उन्होंने परिवार ने कि जरूरी नौकरी देना तो सारा करजा खत्म करो, कुछ खुशी पीड़ित परिवार ने 3-3 लाख रुपया गल मनी है, सरकार ने मनी हुई पहला, तो बाकी आ टोल प्लेस जड़ी जमीन ये उन्होंने वापस लैंड का आप पुराने रेट ही लगे ये है। तो बाकी जो DSP ने इतने मानसा लाठी चार्ज किया सस्पेंड करने की उत्ते कार्रवाई करने की मांग उन्होंने प्रधान जी किसान वालों यूनियन के वालों अपनी बनाई जा रही पार्टी बनाई जा रही है संयुक्त मोर्चे वालों कहा भी असं पार्ट नहीं करते ਅਸੀਂ ਦੇਖੋ ਸੰਯੁਕਤ ਮੋਰਚਾ ਨਾ ਕਹੋ ਸੰਯੁਕਤ ਮੋਰਚਾ ਨਾ ਉਹਨੂੰ ਕਹੋ ਸੰਯੁਕਤ ਮੋਰਚੇ ਦੇ 32 ਜਥੇਬੰਦੀਆਂ ਨੇ ਉਹਦੇ ਵਿੱਚ 20-25 ਜਥੇਬੰਦੀਆਂ ਪਾਰਟੀ ਪੂਰਟੀ ਬਣਾਉਣ ਵਾਸਤੇ ਫਿਰਦੀਆਂ ਨੇ। ਦੇਖੋ 32 ਬਣਾ ਲੈਣ 36 ਬਣਾ ਲੈਣ ਚਾਹੇ ਸੰਯੁਕਤ ਮੋਰਚੇ ਦਾ ਕੋਈ ਪਾਰਟ ਹੈ ਉਹ ਬਣਾ ਲਏ, ਤੁਸੀਂ ਬਣਾ ਸਕਦੇ ਹੋ ਆਜ਼ਾਦੀ ਹੈ ਉਹਨਾਂ ਦੀ ਬਣਾ ਲਓ, ਜੇ ਉਹਨਾਂ ਠੀਕ ਲੱਗਦਾ ਕਰ ਲਓ। ਇਹ ਧਰਨੇ ਕਦੋਂ ਤੱਕ ਜਾਰੀ ਰਹਿਣਗੇ? ਇਹ ਅਜੇ ਤਾਂ ਫਿਲਹਾਲ ਤਾਂ 30 ਤੱਕ ਤਾਂ ਜਾਰੀ ਰਹਿਣਗੇ। ਪੁਰਾਣੇ ਸਾਲ ਬਹੁਤ ਐਸੇ ਪਰਿਵਾਰ ਆ ਜਿਨ੍ਹਾਂ ਦੇ ਪਰਿਵਾਰਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ, ਮਾਨਸਾ ਸੈਂਕੜੇ ਪਰਿਵਾਰ ਆ, ਹਾਲੇ ਤੱਕ ਕਰਜ਼ਾ ਵੀ ਮਾਫ਼ ਨਹੀਂ ਹੋਇਆ, ਉਹਨਾਂ ਨੂੰ ਨੋਟਿਸ ਵੀ ਆਈ ਜਾਂਦੇ ਆ ਬੈਂਕਾਂ ਦੇ, ਸਰਕਾਰ ਕਹਿੰਦੀ ਆ ਮਾਫ਼ ਕਰਤਾ ਸੀ, ਕੰਪਨਸੇਸ਼ਨ ਮਿਲ ਗਿਆ ਸੀ ਤਾਂ ਇਹੀ ਪੜ ਮੈਂ ਇੱਥੋਂ ਬੋਲਿਆ ਵੀ ਉਹ ਦੱਸੋ ਸਾਨੂੰ ਜਿਹੜੇ ਪਰਿਵਾਰ ਖੁਦਕੁਸ਼ੀ ਕਰ ਗਏ ਜਾਂ ਉਹਨਾਂ ਨੂੰ ਕਿਸੇ ਨੇ ਰਿਜੈਕਟ ਕਰਤਾ ਵੀ ਉਹਨਾਂ ਨੇ ਖੁਦਕੁਸ਼ੀ, ਉਹਨਾਂ ਕੋਲ FIR ਸੀ, ਪੋਸਟਮਾਰਟਮ ਰਿਪੋਰਟ ਹੋਈ ਹੈ, ਫਿਰ ਉਹਨੂੰ ਰਿਜੈਕਟ ਕਰਤਾ ਜਿਹੜਾ ਇਹਨਾਂ ਦਾ ਨੋਟ ਕੋਈ ਅਫਸਰ ਲਾਉਣਗੇ, ਇੱਥੇ ਲਾਇਆ ਉਹਨਾਂ ਨੇ ਖੇਤੀਬਾੜੀ ਦਾ ਲਾਇਆ, ਸ਼ਾਇਦ ਇੱਕ ਡਾਇਰੈਕਟਰ ਲਾਇਆ, ਨੋਡਲ ਅਫਸਰ ਲਾਇਆ, ਉਹਦੇ ਨਾਲ ਗੱਲ ਕਰਾਂਗੇ। ਪ੍ਰਧਾਨ ਜੀ ਇੱਕ ਪੰਜਾਬ ਸਰਕਾਰ ਨੇ ਕਹਿੰਦੇ ਨਸ਼ੇ ਦਾ ਅਸੀਂ ਖਤਮ ਕਰਾਂਗੇ ਅਤੇ ਮਜੀਠੀਏ 'ਤੇ ਪਰਚਾ ਦਰਜ ਕਰਦੇ ਆ, ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿ ਇਹ ਸਹੀ ਕਰ? ਦੇਖੋ ਇਹ ਬਹੁਤ ਵੱਡਾ ਸਕੈਂਡਲ ਹੈ, ਬਹੁਤ ਵੱਡਾ ਰਾਜ ਹੈ, ਇਕੱਲਾ ਮਜੀਠੀਆ ਨਹੀਂ, ਇੱਥੇ ਤੁਸੀਂ ਦੇਖਿਆ ਉਹਦੇ ਅਡਾਨੀ ਦੇ ਜਹਾਜ਼ ਦੇ ਵਿੱਚੋਂ 3,000 ਕਿਲੋ ਫੜੀ ਗਈ ਸੀ ਹੀਰੋਇਨ, ਇਹਦਾ ਬਹੁਤ ਵੱਡਾ ਇਹਨਾਂ ਦਾ ਕਾਰੋਬਾਰ ਹੈ ਇਹ ਨਸ਼ੇ ਸਮਗਲਰ, ਨਸ਼ਾ ਕੋਈ ਐਂ ਨਹੀਂ ਵੀ ਤੂੰ ਮੈਂ ਵੇਚ ਲਾਂਗੇ, ਵੱਡੇ ਵੱਡੇ ਇਹ ਮੰਤਰੀ ਨੇ ਇਹਦੇ 'ਚ ਸ਼ਾਮਿਲ, ਇਹ ਵੱਡੀ ਜਵਾਤ ਹੈ, ਇਹਦੇ 'ਚ ਬਹੁਤ ਜ਼ਿਆਦਾ ਪੈਸਾ ਵੜਦਾ, ਨੌਜਵਾਨਾਂ ਨੂੰ ਇੱਧਰ ਨੂੰ ਪਾ ਕੇ ਗੁੰਮਰਾਹ ਕਰਦੇ ਰਹੇ, ਇਹਨਾਂ ਨੂੰ ਭੇਡਾਂ ਬਣਾ ਕੇ ਰੱਖਦੇ ਨੇ ਲੋਕਾਂ ਨੂੰ, ਇਹ ਉਹ ਖੇਡ ਹੈ ਵੱਡੀ, ਇਹ ਮਜੀਠੀਏ ਇਕੱਲੇ ਨਾਲ ਇਹ ਗੱਲ ਨਹੀਂ ਬਣਦੀ, ਬਹੁਤ ਵੱਡੀ। ਕਿਹੜੀ ਮੰਗ ਹੈ ਤੁਹਾਡੀ ਇਹੀ ਜੀ ਜਿਹੜੀ ਸਰਕਾਰ ਤੋਂ ਹੁਣ ਮਨਵਾਉਣੀ ਹੈ ਜਿਹਦੇ ਵਾਸਤੇ 30 ਤੱਕ ਤੁਸੀਂ ਇੰਤਜ਼ਾਰ ਕਰ? ਸਾਡੇ ਕੋਲ ਸਾਰੀਆਂ ਮੰਗਾਂ ਹੀ ਮੰਗਾਂ ਨੇ ਬਾਈ, ਅਸੀਂ ਤਾਂ ਮੰਗਦੇ ਬਹੁਤ ਵੱਡੇ ਆ, ਸਾਰਾ ਕਰਜ਼ਾ ਖਤਮ ਕਰ ਦੇ, ਬੇਰੁਜ਼ਗਾਰੀ ਦੂਰ ਕਰ ਦੇ, ਨਸ਼ੇ ਖਤਮ ਕਰ ਦੇ, ਬੁਢਾਪਾ ਪੈਨਸ਼ਨਾਂ ਦਾ ਫੈਸਲਾ ਕਰ ਦੇ, ਆ ਸਾਡੀ ਤਾਂ ਮੰਗੀ ਮੰਗਾਂ। ਉਗਰਾਹਾਂ ਸਾਹਿਬ ਅਗਰ ਚੋਣ ਜਾਬਤਾ ਲੱਗਦਾ ਜਿਹੜੀਆਂ ਮੰਗਾਂ ਪਈਆਂ ਨੇ ਤਾਂ ਅਗਲੀ ਰਣਨੀਤੀ ਸਰਕਾਰ ਕਾਂਗਰਸ ਦੇ ਲਈ ਕੀ ਵਿੱਢੀ ਹੋਈ ਹੈ? ਸਾਡਾ ਇੱਕੋ ਹੀ ਹੁੰਦਾ ਬਾਈ, ਸੰਘਰਸ਼ ਹੋਰ ਸਾਡੇ ਕਿਹੜੀ ਕਿੱਧਰ ਸਿੰਘੀ ਹੈ, ਅਸੀਂ ਤਾਂ ਮੁਰਦਾਬਾਦ ਜਿੰਦਾਬਾਦ ਸੜਕਾਂ ਰੋਕ ਲਈਆਂ, DC ਰੋਕ ਲਿਆ, ਘੇਰ ਲਿਆ, ਘਰਾ ਲਿਆ, ਹੋਰ ਸਾਡੇ ਕੋਲ ਕਿਹੜਾ ਪਾਂਡੇ ਵਾਲੇ ਮੰਤਰ ਨੇ ਵੀ ਮੰਤਰ ਮਾਰ ਕੇ ਮੁੱਦਾ ਕਰਦੇ ਨੇ? ਬਾਈਕਾਟ ਕਰਾਉਂਗੇ ਵੋਟਾਂ 'ਚ ਵਿਰੋਧ ਕਰੋਗੇ ਜਦੋਂ? ਬਾਈਕਾਟ ਨਹੀਂ ਅਸੀਂ ਕਰ ਸਕਦੇ, ਬਾਈਕਾਟ ਦਾ ਨਾਰਾ ਤਾਂ ਕਦੇ ਅਸੀਂ ਦਿੱਤਾ ਹੀ ਨਹੀਂ, ਬਾਈਕਾਟ ਤਾਂ ਨਹੀਂ। ਪਿੰਡਾਂ 'ਚ ਵਿਰੋਧ ਹੋਏਗਾ, ਲੀਡਰ ਆਣਗੇ ਕਾਂਗਰਸ ਦੇ, ਅਗਰ ਨਹੀਂ ਮੰਗਾਂ? ਦੇਖੋ ਅਹਿਮ ਵਿਰੋਧ ਨਹੀਂ, ਉਹ ਉਸ ਤਰ੍ਹਾਂ ਦਾ ਵਿਰੋਧ ਨਹੀਂ ਵੀ ਅਸੀਂ ਘੇਰ ਘਰੀਆ ਕਰਾਂਗੇ, ਅਸੀਂ ਲੋਕਾਂ ਨੂੰ ਦੱਸਾਂਗੇ ਵੀ ਆਹ ਗੱਲ ਹੈ। ਹਾਂ ਠੀਕ ਹੈ, ਜਿਹੜੀ ਹਕੂਮਤ ਹੈਗੀ ਪਾਵਰ ਹੈ ਮੋਦੀ ਹੈ, ਮੋਦੀ ਜਦੋਂ ਆਉਂਦਾ ਸੀ ਦੇਖ ਤਾਂ ਉਹਦਾ ਕਿਹਾ ਜਿਹਾ ਵਿਰੋਧ ਕਰਨਾ, ਇਹ ਅਸੀਂ ਮਤਲਬ ਉਹ ਪਹਿਲਾਂ ਵਾਲੀ ਗੱਲ ਨਹੀਂ, ਘੇਰ ਘਰੀਆ ਨਹੀਂ ਕਰਾਂਗੇ, ਤੁਹਾਨੂੰ ਪਹਿਲਾਂ ਵੀ ਅਸੀਂ ਕਿਹਾ ਸੀ ਵੀ ਅਸੀਂ ਕਿਸੇ ਦਾ ਘੇਰ ਘਰੀਆ ਇਸ ਤਰ੍ਹਾਂ ਨਹੀਂ ਕਰਦੇ, ਅਸੀਂ ਤਾਂ ਸਮੁੱਚੀਆਂ ਸਿਆਸੀ ਪਾਰਟੀਆਂ ਤੋਂ ਦੇਖਾਂਗੇ ਵੀ ਕੋਈ ਝਾਕ ਨਾ ਕਰੋ, ਆਪਦੀ ਰਾਖੀ ਆਪ ਕਰੋ, ਇਕੱਠੇ ਹੋ, ਆਪਣਾ ਪਾਟੋ ਆਪ ਜਿੱਤ ਮਜਿੱਤੀ ਨਾ। ਕੱਚੇ ਅਧਿਆਪਕਾਂ ਦੀ ਬਾਈ, ਮੈਂ ਕੱਚੇ ਅਧਿਆਪਕ ਕੱਚੇ ਮੁਲਾਜ਼ਮਾਂ ਦਾ ਠੇਕੇਦਾਰੀ ਦਾ ਆਊਟਸੋਰਸਿੰਗ ਵਾਲਾ, ਅਸੀਂ ਸਾਰਿਆਂ ਦੀਆਂ ਗੱਲਾਂ ਕਰਕੇ ਮੈਂ ਇੱਥੇ ਗਿਰੀ ਕੀਤੀ, ਸਭ ਦੀ ਸਾਡੀ ਮੰਗ ਹੈ ਤੁਸੀਂ ਆਪ ਸੰਘਰਸ਼ ਕਰੋ, ਸਾਡੀ ਹਿਮਾਇਤ ਲਓ, ਆਪ ਲੜੋ ਅਤੇ ਲੜਕੇ ਜਿੱਤੋ, ਸਾਡੇ ਕੋਲ ਤਾਂ ਤੁਸੀਂ ਲਿਖ ਸਾਤੋਂ ਹਮਾਇਤ ਮੰਗੋ ਜਿਹੀ ਜੀ ਮੰਗ ਦਿਓ, ਅਸੀਂ ਤਾਂ ਲੜਨ ਵਾਲੇ ਹਾਂ, ਸਾਡੇ ਕੋਲ ਨੌਕਰੀ ਤਾਂ ਹੈ ਨਹੀਂ। ਲੱਗਦਾ ਕੀ ਹੈ ਹੁਣ ਕੀ ਆਪਾਂ ਜੇ ਦੇ ਨਹੀਂ ਸਕਣਾ ਆਪਣੇ ਬਾਈ।